ਲਿਆ ਪਲੇਅਰ ਆ ਗਿਆ ਪਲੇਅਰ ਸੋਨੀ ਦਾਗਾ ਪੁਰਾਣਾ ਮਾਡਲ ਹੀ ਆ ਇਹਦੇ ਵਿੱਚ ਆਪਾਂ ਬਲੂਟੁੱਥ ਵਗੈਰਾ ਹੁਣੀ ਲਾਇਆਗਾ ਤੇ ਇਹਦੇ ਵਿੱਚ ਆ ਬਲੂਟੁੱਥ ਵਗੈਰਾ ਹੁਣੀ ਲਾਇਆ ਤੇ ਇਹਨੂੰ ਜਦੋਂ ਆਪਾਂ ਸਾਰਾ ਤਿਆਰ ਹੋ ਗਿਆ ਤੁਹਾਨੂੰ ਕਿਹਦੇ ਬਾਰੇ ਜ਼ਰੂਰੀ ਗੱਲ ਦੱਸਾਂਗੇ ਵੀ ਕੀ ਉਹ ਜ਼ਰੂਰੀ ਗੱਲ ਆ ਗਈ ਤੇ ਥੋੜੇ ਫਾਇਦੇ ਦੀ ਗੱਲ ਹੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਹਨਾ ਇਹ ਤੁਹਾਨੂੰ ਹੁਣ ਆਪਾਂ ਸਾਰਾ ਫਿੱਟ ਕਰਕੇ ਤੁਹਾਨੂੰ ਇਹਦੇ ਫਾਇਦੇ ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰਾਂ ਲਓ ਵੀ ਦੋਸਤੋ ਅੱਜ ਆਪਣੇ ਕੋਲ ਆਇਆ ਟਰੈਕਟਰ ਹਾਲੈਂਡ ਤੇ ਜਿਹਦਾ ਆਪਾਂ ਨਾ ਪਹਿਲਾਂ ਸਿਸਟਮ ਆਪਾਂ ਇਹਦੇ ਉੱਤੇ ਲਾਇਆ ਸੀ ਚਾਰ ਸਬਵੂਫਰਾਂ ਵਾਲਾ ਫਰੰਟ ਦੇ ਉੱਤੇ ਇਹਦੇ ਚਾਰ ਸਬਵੂਫਰ ਸੀ ਵੀਡੀਓ ਪਈ ਨਹੀਂ ਕਿਉਂਕਿ ਹਨੇਰਾ ਹੋ ਗਿਆ ਸੀ ਤੇ ਇਹਦੇ ਉੱਤੇ ਅੱਜ ਆਪਾਂ ਹੁਣ ਬਾਈ ਲੈ ਕੇ ਆ ਤੁਹਾਨੂੰ ਪੇਟੀ ਵੀ ਦਿਖਾਉਣੇ ਆ ਤੇ ਉੱਤੇ ਆਪਾਂ ਇਹਦੇ ਓਵਰ ਲਾਇਆ ਸੀ ਬਹੁਤ ਘੈਂਟ ਡਿਜ਼ਾਈਨ ਬਣਿਆ ਸੀ ਉਹ ਡਿਜ਼ਾਈਨ ਆ ਤੇ ਆ ਪੇਟੀ ਇਹਦੇ ਵਿੱਚ ਦੋ ਪਹਿਲੇ ਹੀ ਚਾਰ ਫਰੰਟ ਤੇ ਪਾਏ ਵੀ ਸੀ ਹੁਣ ਇਹਦੇ 6 ਕਰਨੇ ਹੈਗੇ ਤੁਹਾਨੂੰ ਐਂਪਲੀਫਾਇਰ ਵੀ ਦਿਖਾਉਣਾ ਕਿਹੜੇ ਲੱਗੇ ਵੇ ਨੇ ਤੇ 6 ਕਰਨੇ ਆ ਜਗ੍ਹਾ ਇਹਦੇ ਵਿੱਚ ਜਮਾ ਪੂਰੀ ਸੂਰੀ ਆ ਜਮੀ ਪੂਰੀ ਪੂਰੀ ਜੀ ਤੇ ਆ ਡਿਜ਼ਾਈਨ ਤੁਸੀਂ ਦੇਖੋ ਹਨਾ ਫਰੰਟ ਦੇ ਉੱਤੇ ਪਤੇ ਜਾਲੀਆਂ ਪਾਈਆਂ ਸੀਗੀਆਂ JBL ਦੇ ਓਰੀਜਨਲ 1560 ਨੇ ਇਹ ਸ਼ਾਇਦ ਆ ਘੱਟ ਹੈ ਇਹ 1460 ਹੈ ਇਹ ਪੁਰਾਣਾ ਥੋੜੇ ਜਿਹਾ ਇਹ ਪਹਿਲਾਂ ਪਏ ਸੀ ਜਿਹੜੀ ਆ ਪੇਟੀ ਪਈ ਇਹਦੇ ਵਿੱਚ ਸੀਗੇ ਹੁਣ ਇਹਦੇ ਵਿੱਚ ਆਪਾਂ ਇਹਦੇ ਵਿੱਚ 6 ਲਾਉਣੇ ਹੈਗੇ ਐਂਪਲੀਫਾਇਰ ਨੂੰ ਦਿਖਾਉਣਾ ਐਂਪਲੀਫਾਇਰ ਬਹੁਤ ਡੇਂਜਰਸ ਨੇ ਤੇ ਇੱਕ ਤਾਂ 6000D ਆ ਗਿਆ ਆ 6000D ਆ ਗਿਆ ਜਿਹੜਾ ਇੱਕ ਤਾਂ ਆ ਲੱਗਣਾ ਇਹਦੇ ਵਿੱਚ ਠੀਕ ਆ ਆਪਣਾ 5500D ਤੇ 2260 ਇਹ ਇਦੋਂ ਥੱਲੇ ਆ ਐਂਪਲੀਫਾਇਰ ਆ ADS ਕੰਪਨੀ ਦਾ ਇਹਨੂੰ ਆਪਾਂ ਇੱਧਰ ਰੱਖ ਦਈਏ ਇਧਰ ਆ ਗਿਆ ਐਂਪਲੀਫਾਇਰ ADS ਕੰਪਨੀ ਦਾ ਇਹ ਵੀ ਦੇਖੋ ਬਹੁਤ ਖਤਰਨਾਕ ਐਂਪਲੀਫਾਇਰ ਆ ਤੇ ਤਿੰਨ ਤਿੰਨ ਚਲਾਉਣੇ ਆਪਾਂ ਇਹਦੇ ਉੱਤੇ ਆ ਦੇਖ ADS ਤੇ ਆਪਾਂ ਤਿੰਨ ਤਿੰਨ ਸਭ ਉੱਪਰ ਚਲਾਉਣੇ ਆ ਪੂਰੇ ਤੇ ਹੁਣ ਆਪਾਂ ਇਹਨੂੰ ਖੋਲਦੇ ਦੋਸਤੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀ ਕਿਵੇਂ ਲੱਗਦਾ ਨਾ ਕਿਵੇਂ ਬੇਸ ਬਣਦੀਆਂ ਤੇ ਵਾਇਰਿੰਗ ਵੂਰਿੰਗ ਦੀ ਬਹੁਤ ਅੱਗ ਗੱਡੀ ਦੀ ਵਾਇਰਿੰਗ ਬਹੁਤ ਅੱਗੜੀ ਆ ਤੇ ਬਾਕੀ ਲੁੱਕ ਦੇਖੋ ਟਰੈਕਟਰ ਦੀ ਹਨਾ ਔਰੰਡ ਵੀ ਬਹੁਤ ਸੋਹਣਾ ਲੱਗਦਾ JBL ਦੀ ਉੱਤੇ ਲੱਗਿਆ JBL ਸਾਰਾ JBL ਬ੍ਰਾਂਡ ਆ ਤੇ ਜੋ ਪਲੇਅਰ ਇਹਦੇ ਵਿੱਚ ਕਾਰ ਵਾਲਾ ਲਾਇਆ ਹੋਇਆ ਬਾਈ ਨੇ ਉਹ ਆਪਾਂ ਇਹਦੇ ਵਿੱਚ ਫਿੱਟ ਕਰਨਾ ਸੋਨੀ ਦਾ ਪਲੇਅਰ ਲੱਗਿਆ ਹੋਇਆ ਤੇ ਆ ਜਿਹੜੀ ਵਾਇਰਿੰਗ ਆ ਦੇਖੋ ਵਾਇਰਿੰਗ ਬਹੁਤ ਮੋਟੀ ਆ ਇਹਦੇ ਵਿੱਚ ਤੇ ਜਿਹੜੀ ਸੈਲਫ ਵਾਸਤੇ ਤਾਰ ਵਰਤਦੇ ਉਹ ਆ ਤੇ ਆ ਕਨੈਕਸ਼ਨ ਕੱਟਣ ਲਈ ਥੱਲੇ ਆ ਲਗਾਇਆ ਹੋਇਆ ਬ੍ਰੇਕ ਤੇ ਬਾਕੀ ਲਾਉਣੇ ਆ ਦੋਸਤੋ ਕਰਦੇ ਆ ਫਿਟਿੰਗ ਤੇ ਕੱਢਦੇ ਆ ਨੂੰ ਇਹਨਾਂ ਦੱਸਿਓ ਹਨ ਕਿੱਦਾਂ ਕਿੱਦਾਂ ਲੱਗੇ ਹੁਣ ਬਾਕੀ ਸਟੈਪ ਬਾਏ ਸਟੈਪ ਆਪਾਂ ਦੱਸਾਂਗੇ ਵੀ ਕਿਵੇਂ ਕਿਵੇਂ ਫਿਟਿੰਗ ਹੋਈ ਆ ਸਾਰੀ ਇਹਦੀ ਮਿੱਤਰੋ ਰਾਤ ਨਾਲ ਹਨੇਰਾ ਹੋ ਗਿਆ ਸੀਗਾ ਤੇ ਫਿਟਿੰਗ ਦਾ ਕੰਮ ਕਾਫੀ ਰਹਿ ਗਿਆ ਸੀਗਾ ਪੇਟੀ ਦੇ ਥੱਲੇ ਆਪਾਂ ਹੋਲ ਵਗੈਰਾ ਮਾਰ ਕੇ ਪੇਟੀ ਏ ਟੂ ਜ਼ੈਡ ਸਾਰੀ ਕਾਸਤੀ ਸੀਗੀ ਤੇ ਥੱਲੇ ਦੋ ਸਬਵੂਫਰ ਪੈ ਗਏ ਲੱਗਦਾ ਨਹੀਂ ਹਨਾ ਵੀ ਪਹਿਲਾਂ ਪੈ ਜਾਣਗੇ ਕਿਉਂਕਿ ਜਗ੍ਹਾ ਯਾਰ ਬਾਹਲੀ ਭੀੜੀ ਸੀਗੀ ਤੇ ਆਹ ਆਪਾਂ ਕੱਟਦੇ ਸੀਗੇ ਜਿਹੜੇ ਨਾਲ ਲੱਗਦੇ ਸੀ ਬਹੁਤ ਘੱਟ ਜਗ੍ਹਾ ਥੱਲੇ ਰਹਿ ਗਈ ਸੀਗੀ ਤੇ ਇਹ ਆਪਣੇ ਜਿਹੜੇ ਹੈਗੇ ਆ ਇਹ 1460 ਚ ਨੇ ਤੇ ਫਰੰਟ ਦੇ ਹੈਗੇ ਜਿਹੜੇ ਉਹ 1560 ਚ ਨੇ ਤੇ 1460 ਦਾ ਇਹਨੂੰ ਰੇਟ ਥੋੜਾ ਜਿਹਾ ਘੱਟ ਆ 1560 ਨਾ 1460 ਦਾ ਰੇਟ ਇਹਨੂੰ ਜ਼ਿਆਦਾ ਹੈਗਾ 1560 ਦਾ ਘੱਟ ਹੈਗਾ ਇਹ ਪਤਾ ਨਹੀਂ ਕਾਹਤੋਂ ਹਨਾ ਵੀ ਜਿਹੜੇ ਕਾ ਵੱਧ ਵਾਟੇ ਦੇ ਉਹ ਸਸਤੇ ਹੈਗੇ JBL ਦੇ ਤੇ ਬਾਕੀ ਦੋਸਤੋ ਇਹਦੇ ਨਾਲ ਤੁਹਾਨੂੰ ਅੰਦਰੋਂ ਦਿਖਾ ਦਿੰਦਾ ਐਂਪਲੀਫਾਇਰ ਲੱਗਿਆ ਤੁਹਾਨੂੰ ਸਹੀ ਹਨਾ ਐਂਪਲੀਫਾਇਰ ਆ ਫਿੱਟ ਆ ਗਿਆ ਤੇ ਸਬ ਉਫਰ ਪੈ ਗਿਆ ਵਾਇਰਿੰਗ ਹੁਣ ਕਰਦੇ ਆ ਜੀ ਵਾਇਰਿੰਗ ਦਾ ਕੰਮ ਕਾਫੀ ਹੈਗਾ ਤੇ ਤੁਹਾਨੂੰ ਪਤਾ ਨਾ ਕਾਰਾਂ ਜਾਲ ਪਾ ਜਾਣਾ ਦੋਨੇ ਐਂਪਲੀਫਾਇਰ ਹੀ ਹੈਵੀ ਨੇ ਜਿਹੜੀ ਵਾਇਰਿੰਗ ਵੂਰਿੰਗਾਂ ਬੜੀ ਤਕੜੀ ਕਰਨੀ ਪੈਣੀ ਆ ਜੀ ਥੱਲੇ ਆ ਪਲੇਅਰ ਆ ਗਿਆ ਪਲੇਅਰ ਸੋਨੀ ਦਾਗਾ ਪੁਰਾਣਾ ਮਾਡਲ ਹੀ ਆ ਇਹਦੇ ਵਿੱਚ ਆਪਾਂ ਬਲੂਟੁੱਥ ਵਗੈਰਾ ਹੁਣੀ ਲਾਇਆ ਹੈਗਾ ਇਹਦੇ ਵਿੱਚ ਆ ਬਲੂਟੁੱਥ ਵਗੈਰਾ ਹੁਣੀ ਲਾਇਆ ਤੇ ਇਹਨੂੰ ਜਦੋਂ ਆਪਾਂ ਸਾਰਾ ਤਿਆਰ ਹੋ ਗਿਆ ਤੁਹਾਨੂੰ ਕਿਹਦੇ ਬਾਰੇ ਜ਼ਰੂਰੀ ਗੱਲ ਦੱਸਾਂਗੇ ਵੀ ਕੀ ਉਹ ਜ਼ਰੂਰੀ ਗੱਲ ਆ ਗਈ ਤੇ ਥੋੜੇ ਫਾਇਦੇ ਦੀ ਗੱਲ ਹੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਹਨਾ ਤੇ ਇਹ ਤੁਹਾਨੂੰ ਹੁਣ ਆਪਾਂ ਸਾਰਾ ਫਿੱਟ ਕਰਕੇ ਤੁਹਾਨੂੰ ਇਹਦੇ ਫਾਇਦੇ ਤੇ ਨੁਕਸਾਨ ਦੱਸਾਂਗੇ ਕੀ ਆ ਹਨਾ ਬਾਕੀ ਬੈਟਰੀ ਤਾਂ ਇਹਦੇ ਵਿੱਚ ਵੱਡੀ ਆ ਸਿੰਗਲ ਬੈਟਰੀ ਵੀ ਹੈਗੀ ਪਰਲੀ ਸਾਈਡ ਲੱਗੀ ਵੀ ਆ ਤੇ ਉਹ ਬਾਈ ਨੂੰ ਪਤਾ ਨਹੀਂ ਕਿੰਨੀ ਦੀ ਕਹਿੰਦੇ ਬਾਈ ਕਹਿੰਦਾ ਤੁਸੀਂ 100-85 ਹੈਗੀ ਕਿੰਨੇ ਐਂਪੀਅਰ ਦੀ ਬੈਟਰੀ ਹੈਗੀ ਤੇ ਹੁਣ ਮਿੱਤਰੋ ਆਪਾਂ ਇਹਦਾ ਸਾਰਾ ਸਿਸਟਮ ਕੱਸ ਲਈਏ ਫਰੰਟ ਵਾਲੇ ਬੂਫਰ ਕੱਸ ਕੁਸ ਕੇ ਫਿਰ ਦਿਖਾਉਣਾ ਤੁਹਾਨੂੰ ਲੁੱਕ ਇਹਦੀ ਕਿਵੇਂ ਲੱਗਦੀ ਆ ਠੀਕ ਹੈ ਮਿੱਤਰੋ ਮਿਊਜ਼ਿਕ ਸਿਸਟਮ ਦਾ ਕੰਮ ਜਮਾ ਓਕੇ ਹੋ ਗਿਆ ਤੇ ਸਾਰਾ ਚਲਾ ਚਲੂ ਕੇ ਆਪਾਂ ਚੈੱਕ ਕਰ ਲਿਆ ਠੀਕ ਆ ਤੇ ਜਿਹੜੀ ਵਾਇਰਿੰਗ ਵੂਰਿੰਗ ਆ ਉਹ ਮਾੜੀ ਮੋਟੀ ਰਹਿ ਗਈ ਉਹ ਕਰੀ ਜਾਂਦੇ ਹਾਂਗੇ ਤੇ ਆ ਡੱਬੀ ਆਪਾਂ ਲਾਤੀ ਕਿਉਂਕਿ ਕਈ ਵਾਰ ਇਹਨੂੰ ਵੱਡੇ ਐਂਪਾਂ ਕਰਕੇ ਪ੍ਰੋਬਲਮ ਆ ਜਾਂਦੀ ਇਹਦੀ ਆਊਟਪੁੱਟ ਨੂੰ ਤੇ ਬਾਕੀ ਓਕੇ ਕਰਤਾ ਸਾਰਾ ਸੁੱਚ ਤੇ ਆਨ ਆਫ ਜਮਾ ਓਕੇ ਕਰਤਾ ਚੱਲਦਾ ਵੀ ਜਿੱਥੋਂ ਚੀਜ਼ ਚੱਲਦੀ ਕਿਉਂਕਿ ਕਾਰ ਰਿਪੇਅਰ ਦੀ ਦਿੱਕਤ ਇਹ ਹੁੰਦੀ ਹੈ ਜਦੋਂ ਆਨ ਹੁੰਦਾ ਹੈਗਾ ਨਾ ਉੱਥੋਂ ਨਹੀਂ ਚੱਲਦਾ ਵੀ ਆਪਦਾ ਜਿਹੜਾ ਸਿਸਟਮ ਆ ਉਹ ਇਹਦੇ ਅੰਦਰੋਂ ਹਿੱਲੇ ਜਾਂਦਾ ਹੁਣ ਇਹਦੇ ਸੈਟਿੰਗ ਇਹੋ ਜਿਹੀ ਕਰਤੀ ਵੀ ਜਿੱਥੋਂ ਬੰਦ ਕਰੇ ਉੱਥੋਂ ਹੀ ਚੱਲੂਗਾ ਹਨਾ ਏਡੋ ਜਿਹੜਾ ਅਤੇ 6 ਦੇ 6 ਪੂਰੇ ਘੈਂਟ ਚੱਲਦੇ ਨੇ ਅਤੇ ਆਹ ਮੂਹਰੇ ਇਹਦੀਆਂ ਗੇਨ ਵਾਲੀਆਂ ਡੱਬੀਆਂ ਲਾਤੀਆਂ ਵੀ ਬਣ ਕੇ ਚਲੋ ਜੇ ਆਪਾਂ ਬੇਸ ਘੱਟ ਵੱਧ ਕਰਨੀ ਆ ਹਨਾ ਉਹ ਇਹ ਤਾਂ ਮੂਹਰੇ ਪ੍ਰੋਪਰ ਸੈੱਟ ਹੋ ਜਾਈ ਜੋ ਜ਼ਿਆਦਾ ਸਰਦੇ 'ਚ ਵੱਜੇ ਕਿਉਂਕਿ ਯਾਰ 6 ਹੋ ਜਾਂਦੇ ਨਾ ਹੁਣ ਬਾਕੀ ਟਵੀਟਰਾਂ ਜਿਹੜੇ ਛੋਟੇ ਉੱਤੇ ਲੱਤ ਜਾਣਾ ਚਨਕਾਰ ਕਰਤੀ ਅਤੇ JBL ਦੇ ਓਰੀਜਨਲ ਬਸ ਸਪੀਕਰ ਦੀ ਥੋੜ੍ਹੀ ਚਨਕਾਰ ਘੱਟ ਹੁੰਦੀ ਹੈਗੀ ਤਾਂ ਕਰਕੇ ਉਹ ਉੱਥੇ ਉੱਪਰ ਲਾਉਣਾ ਪੈ ਗਿਆ ਅਤੇ ਇਹਦਾ ਵਾਇਰਿੰਗ ਦਾ ਕੰਮ ਉਹ ਚੱਲੀ ਜਾਂਦਾ ਜਮਾਂ ਓਕੇ ਹੋਊਗਾ ਸਿਸਟਮ ਬਾਕੀ ਆਪਾਂ ਨਾ ਤੁਹਾਨੂੰ ਗਗਨ ਬਾਈ ਨਾਲ ਮਿਲਾਉਣੇ ਹੈਗੇ ਅਤੇ ਆਪਣਾ ਭਰਾ ਇਹ ਆਪਣਾ ਗਗਨ ਬਾਈ ਆ ਅਤੇ ਇਹ ਵੀਰ ਦੇ ਮੇਨ ਕੰਮ ਘੋੜੀਆਂ ਦਾ ਹੈ ਨਾ ਗਗਨ ਬਾਈ ਘੋੜੀਆਂ ਦਾ ਕੰਮ ਆ ਬਾਈ ਘੋੜੀਆਂ ਘਾੜੀਆਂ ਦੇ ਗਗਨ ਮੰਡੀ ਮੁੰਡੀ 'ਚ ਲੈ ਕੇ ਜਾਂਦੇ ਹੋ ਬਾਈ ਹਾਂ ਵੀਰੇ ਜਿਵੇਂ ਸਾਬੋ ਕੋਈ ਮੰਡੀ ਆ ਓਕੇ
ਤੇ ਮੁਕਸਰ ਤੇ ਮੰਡੀ ਹੁੰਦੀ ਆ ਓਕੇ ਬਾਕੀ ਆਪਣੇ ਕੋਲੇ ਘੋੜਾ ਓਕੇ ਜੇ ਹਾਂ ਜੇ ਬਾਈ ਕਿਸੇ ਨੇ ਘੋੜੀ ਭਰਾਉਣੀ ਹੋਵੇ ਠੀਕ ਆ ਤੇ ਬਾਈ ਦਾ ਨਾ ਮੈਂ ਸਕਰੀਨ ਤੇ ਨੰਬਰ ਦੇਤਾ ਤੇ ਬਾਈ ਨੂੰ ਜ਼ਰੂਰ ਕੰਟੈਕਟ ਕਰਿਓ ਤੇ ਦੂਜੀ ਗੱਲ ਇਹ ਆ ਵੀ ਤੁਹਾਨੂੰ ਜਿਹੜੀ ਫਾਇਦੇ ਦੀ ਗੱਲ ਦੱਸੀ ਬਾਈ ਨੇ 1 ਸਾਲ ਤੋਂ ਵੱਧ ਸਿਸਟਮ ਰੱਖਦਾ ਨਹੀਂਗਾ ਤੇ ਬਾਈ ਨੂੰ ਕੰਟੈਕਟ ਕਰਿਓ ਹਨਾ ਕਿ ਕਹਿੰਦਾ 1 ਸਾਲ ਤੋਂ ਵੱਧ ਤਾਂ ਨਹੀਂ ਰੱਖਦਾ ਹਾਂ ਵੀਰੇ 1 ਸਾਲ ਬਾਅਦ ਚੇਂਜ ਕਰ ਦੋ ਸਾਲ ਤੋਂ ਪਹਿਲਾਂ ਜ਼ਰੂਰ ਲਾ ਦੇ ਤੇ ਬਾਈ ਕਹਿੰਦਾ ਮੈਂ 1 ਸਾਲ ਤੋਂ ਬਾਅਦ ਸਿਸਟਮ ਹੀ ਰੱਖਦਾ ਵੀ ਜਿਹੜੇ ਵੀਰ ਨੇ ਲੈਣਾ ਵੀ ਹੋਵੇ ਹਨਾ ਤੇ ਸਿਸਟਮ ਦੀ ਸੰਭਾਈ ਸੰਭੂਈ ਤਾਂ ਦੇਖ ਹੀ ਸਕਦੇ ਹੋ ਨਾ ਤੇ ਜਿਹੜੇ ਮੇਰੇ ਭਰਾ ਨੇ ਸਿਸਟਮ ਲੈਣਾ ਹੋਵੇ ਤਾਂ ਬਾਈ ਨੂੰ ਜ਼ਰੂਰ ਕਨੈਕਟ ਕਰਿਓ ਹਨਾ ਤੇ ਬਾਕੀ ਕੰਮ ਕਰਦੀ ਆਪਣੀ ਫੁੱਲ ਤਸੱਲੀ ਹੈ ਕਿਉਂਕਿ ਆਪਣੇ ਘਰੇ ਆਉਂਦਾ ਨਾ ਬਾਈ ਆਪਾਂ ਤੋਂ ਹੀ ਕਰਾਉਣਾ ਸਾਰਾ ਸਿਸਟਮ ਪਹਿਲਾਂ ਜਿਹੜਾ ਆਪਾਂ ਆ ਸਿਸਟਮ 4 ਵਾਲਾ ਲਾਇਆ ਸੀ ਉਹਦਾ ਬੁੰਨੇ ਰਹੋ ਗਿਆ ਸੀ ਬਾਈ ਨੂੰ ਤੇ ਤਾਂ ਕਰਕੇ ਟਾਈਮ ਲੱਗ ਗਿਆ ਤੇ ਬਾਕੀ ਦੋਸਤੋ ਬਾਈ ਨੂੰ ਜ਼ਰੂਰ ਕਿਰਾ ਤੇ ਬਾਕੀ ਨਾ JBL ਦੇ ਸਾਰੇ ਏਟੀਜੈਡਾ ਕੰਪਨੀ ਬ੍ਰਾਂਡ ਦੇ ਸਾਰੇ JBL ਦੇ ਸਪੀਕਰ ਹੀ ਆ JBL ਦੀ ਸਾਰੇ ਸਬਵੂਫਰ ਆ ਹਨਾ ਤੇ ਬਾਕੀ ਪਲੇਅਰ ਆ ਜਿਹੜਾ ਸੋਨੀ ਦਾ ਦਾ ਤੇ ਵਿੱਚ ਜਿਹੜੇ ਐਂਪਲੀਫਾਇਰ ਆ ਤੁਹਾਨੂੰ ਦਿਖਾਏ ਬਈ ਨੇ ਹਨਾ ਸਾਰਾ ਕੰਪਲੀਟ ਸੈੱਟ ਆ ਪੂਰਾ ਘੈਂਟ ਕਹਿੰਦਾ ਕਹਾਉਂਦਾ ਬਾਕੀ ਤੁਹਾਨੂੰ ਜਿਹੜੀ ਪਹਿਲਾਂ ਗੱਲ ਦੱਸੀ ਸੀ ਨਾ ਜਿਹੜਾ 1500 ਮੰਨ ਕੇ ਚੱਲੋ ਵੀ ਜਿਹੜਾ 1500 ਆ ਵੀ ਜਿਹੜੇ ਸੀਰੀਜ਼ ਜਦੋਂ ਘਟਦੀ ਆ ਹਨਾ ਉਹ ਮਹਿੰਗੇ ਹੁੰਦੇ ਆ ਜਿਹੜੇ ਹੁਣ ਇਦੋਂ ਉੱਪਰ ਆਉਣਗੇ ਉਹ ਸਸਤੇ ਹੋਣਗੇ ਗੱਲ ਇਹ ਆ 1500 ਦਾ ਥੋੜਾ ਰੇਟ ਜ਼ਿਆਦਾ ਤੁਸੀਂ ਆਨਲਾਈਨ ਕਿਹੜਾ ਕੱਢ ਕੇ ਦੇਖਿਓ ਬਾਕੀ ਬੇਸ ਦੀ ਆਪਾਂ ਕਰਕੇ ਬੇਸ ਤਾਂ ਬਾਹਲੀ ਘੈਂਟ ਆ 6000 ਨਜਾਇਜ਼ ਕੰਪਨੀ ਮੇਡ ਮਾਰਦਾ ਤੇ ਦੂਜੀ ਗੱਲ ਇਹ ਆ ਵੀ ਜੇ ਕੁਆਲਿਟੀ ਚੈੱਕ ਕਰਨੀ ਤੁਸੀਂ ਆਪਣੇ ਇੰਸਟਾਗ੍ਰਾਮ ਪੇਜ ਤੇ ਜਾ ਕੇ ਚੈੱਕ ਕਰਿਓ ਤੇ ਮਿਊਜ਼ਿਕਿੰਗ 9500 ਜਿਹੜਾ ਤੁਹਾਨੂੰ ਪਤਾ ਇੰਸਟਾਗ੍ਰਾਮ ਪੇਜ ਤੇ ਜਾ ਕੇ ਨਾਲ ਫੋਲੋ ਕਰਿਓ ਤੇ ਆਡੀਓ ਜ਼ਰੂਰ ਵੀ ਕਿਰਾਂ ਚੈੱਕ ਕਰਿਓ ਤੇ ਬਾਈ ਨੂੰ ਜਿਹੜੇ ਜਿਹੜੇ ਵੀਰ ਨੇ ਘੋੜੀਆਂ ਵਗੈਰੇ ਤੇ ਨੌਲੇਜ ਹੋਰ ਵੀ ਲੈਣੀ ਆ ਬਾਈ ਨੂੰ ਬਹੁਤ ਜ਼ਿਆਦਾ ਨੌਲੇਜ ਆ ਘੋੜੀਆਂ ਘੜੀਆਂ ਵਰਗੇ ਤੇ ਲੈਣੀ ਹੋਵੇ ਤੇ ਭਰਾਉਣੀ ਹੋਵੇ ਬਾਈ ਨੂੰ ਜ਼ਰੂਰ ਕਨੈਕਟ ਕਰਿਓ ਤੇ ਦੂਜੀ ਗੱਲ ਆ ਜਿਹੜਾ ਸਿਸਟਮ ਆ ਸਿਸਟਮ ਵੀ ਇਹਨਾਂ ਲੈਣਾ ਹੋਵੇ ਬਾਈ ਜ਼ਰੂਰ ਕਿਰਾਂ ਫੋਨ ਕਰਕੇ ਆਪਣਾ ਚੈਨਲ ਆ ਵੀਰੇ ਜੀ ਡੀ ਢਾਲੀਵਾਲ ਦੇ ਨਾਂ ਤੇ ਤੇ ਬਾਈ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤੇ ਬਾਈ ਦੇ ਕਿਰਾਂ ਪੇਜ ਤੇ ਵੀ ਜਾਇਓ ਹਨਾ ਤੇ ਜ਼ਰੂਰ ਜਾ ਕੇ ਸਬਸਕ੍ਰਾਈਬ ਕਰੋ ਬਾਈ ਵੀਡੀਓ ਪਾਉਂਦਾ ਰਹਿੰਦਾ ਘੋੜਿਆਂ ਦੀਆਂ ਜੇ ਬਾਕੀ ਨਾ ਮਿੱਤਰੋ ਇਦਾਂ ਦੀ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਹਾਂਗੇ ਹਨਾ ਮਿਲਦੇ ਨੈਕਸਟ ਵੀਡੀਓ 'ਚ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਕਹਿੰਦੇ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਕਿਉਂਕਿ ਤੁਹਾਡੇ ਲਈ ਤਾਂ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਹੇ ਹਾਂ ਤੇ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਦੋਸਤੋ।